हार जांदे भगती जे सच्ची होवे पत्थर भी तार जांदे जोश विच होश गवा के सुनिया कई हार जांदे भगती जे सच्ची होवे पत्थर भी तार जांदे खंडे नी वाहे जांदे खंडे नी वाहे जांदे बाही पावंगा नू वेका एका एका ते सबर जताउंदा मित्रो बई जंगा नू एका ते सबर जताउंदा मित्रो बई जंगा नू एका ते सबर जताउंदा शेरे पंजाब दे वर्गा आउदे कोई दार मिले नलुए दे वर्गा दबका रखदा सरदार मिले शेरे पंजाब दे वर्गा आउदे कोई दार मिले नलुए दे वर्गा दबका रखदा सरदार मिले चंगे जरनैल सखाउंदे चंगे जरनैल सखाउंदे जित्तण दे ढंगा नू वेका एका ते सबर जताउंदा मित्रो बई जंगा नू एका ते सबर जताउंदा मित्रो बई जंगा नू एका ते सबर जताउंदा हो सत श्री अकाल सत श्री अकाल इन्हां लफ्ज़ां 'च बाबे हुण जिहड़े मोड़ ते खड़े आ ना आपां सारे इत्थे हुण सारिआं दा ही फर्ज़ बणदा असीं तां प्यार वाले ही हाँ भाई गल वी साडे वाला जरूर तार ते तुर पैंदा वह भी जरूरी है पर मैं तां तुहानूं प्यार नाल ही थोड़े चरणां 'च आ के हाँ मैं मैनूं पता है मैं थोनों प्यार नाल आके मैं तो मत्था टेकने वाले चो ही हैं तो मैं उस हक जे ना मारन ही थोड़ा सारा कह के जाऊँगा कि यार ख्याल रखियो हुण सारे है ना बजुर्ग आ साढ़े मावां साडियां इन्हां दे हत्थां च फोन घट ने बहुत घट पार्टिसिपेशन इन्हां दी सोशल मीडिया च ये इत्थे बैठे है एक भावना लेके बैठे है तो जिथों कम जो चलते हैं ना जो कंट्रोवर्सियां जी माड़ा मोटा घाटो कलेश जहा सारे मुंडे खुंडे ख्याल रखो तो मीडिया वालों भरावो मैं तो तुहानूं ਤੁਸੀਂ ਸਾਡੇ ਭਰਾ ਹੋ ਸਾਰੇ ਬਸ ਮੈਂ ਤਾਂ ਇੱਕੋ ਹੀ ਗੱਲ ਕਹਿੰਦਾ ਕਿ ਯਾਰ ਆਪਾਂ ਇੱਕ ਦੂਜੇ ਦੇ ਬਣ ਜਾਈਏ ਸਾਰੇ ਠੀਕ ਹੈ ਚੈਨਲਾਂ ਦੇ ਆ ਟੀ ਆਰ ਪੀ ਦੇ ਮਸਲੇ ਹੁੰਦੇ ਆ ਪਰ ਆ ਹੈਡਿੰਗ ਜਿਹੜੇ ਗਲਤ ਮਲਤ ਜੇ ਕਰਕੇ ਜਿਹੜੇ ਚਾਰ ਪੰਜ ਭਰਾ ਪਾਉਂਦੇ ਆ ਬੇਨਤੀ ਕਰਦੇ ਆ ਇਸ ਤੋਂ ਸਾਰਿਆਂ ਨੂੰ ਪਿਆਰ ਔਰ ਸਤਿਕਾਰ ਸਹਿਤ ਕਿ ਕਿਸਾਨੀ ਦਾ ਮਸਲਾ ਮਿੱਟੀ ਦਾ ਮਸਲਾ ਹੈ ਨਹੀਂ ਤਾਂ ਫਿਰ ਸਾਡੇ ਮਨ ਦੇ ਵਿਕਾਰ ਹੀ ਸਾਨੂੰ ਲਾਂਤਾ ਪਾਇਆ ਕਰਨਗੇ ਕਿ ਜੇ ਉਸ ਵੇਲੇ ਸਾਡੀ ਭਾਈ ਰੱਬ ਨਾ ਕਰੇ ਪਿੱਠ ਲੱਗ ਗਈ ਸੀ ਤਾਂ ਉਹਦੇ 'ਚ ਸਾਡਾ ਵੀ ਯੋਗਦਾਨ ਸੀ ਸੋ ਸਿਆਣੇ ਬਣੀਏ ਸਾਰੇ ਸਮਝਦਾਰ ਬਣੀਏ ਡਿਸਿਪਲਨ ਨੂੰ ਕਾਇਮ ਰੱਖੀਏ ਇਹ ਗੱਲਾਂ ਸੰਘਰਸ਼ਾਂ ਦੇ ਵਿੱਚ ਹੋਣੀਆਂ ਲਾਜ਼ਮੀ ਹੈ ਸਾਡੇ ਕੱਦ ਬੜੇ ਛੋਟੇ ਹੈ ਇਹ ਗੱਲਾਂ ਕਰਦੇ ਸੀ ਚੰਗੇ ਨਹੀਂ ਲੱਗਦੇ ਕੋਈ ਸਿਆਣੇ ਬੰਦੇ ਬੋਲਣ ਵੱਡੀਆਂ ਉਮਰਾਂ ਵਾਲੇ ਪਰ ਮੈਨੂੰ ਲੱਗਦਾ ਕਿ ਇਹ ਸੰਘਰਸ਼ਾਂ 'ਚ ਸੁਭਾਵਿਕ ਹੈ ਇਸ ਤਰ੍ਹਾਂ ਦੀਆਂ ਗੱਲਾਂ ਹੋਣੀਆਂ ਕਿ ਕਦੇ ਕੋਈ ਇੱਧਰੋਂ ਮਾੜੀ ਮੋਟੀ ਕੋਈ ਲੱਗ ਗਈ ਇੱਧਰੋਂ ਲੱਗ ਗਈ ਇੱਧਰ ਪਰ ਉਹਨੂੰ ਯਾਰ ਟਿਕਾ ਕੇ ਰੱਖਣਾ ਹੁਣ ਐਸੇ ਕਾਫਲੇ ਦਾ ਕੰਮ ਹੈ ਇਸੇ ਕਾਫਲੇ ਦਾ ਕੰਮ ਹੈ ਸੋ ਮੀਡੀਆ ਇੱਕ ਬਹੁਤ ਖਾਸ ਅੰਗ ਹੈ ਇਸ ਸੰਘਰਸ਼ ਦਾ ਇੱਥੋਂ ਤੱਕ ਆਏ ਹਾਂ ਤਾਂ ਬਹੁਤ ਵੱਡਾ ਯੋਗਦਾਨ ਹੈ ਮੀਡੀਆ ਦਾ ਵੀ ਵੱਖ ਵੱਖ ਸੂਬਿਆਂ ਦੇ ਮੀਡੀਆ ਦਾ ਹਾਂ ਆਪਣਾ ਜਿਹੜਾ ਨੈਸ਼ਨਲ ਮੀਡੀਆ ਹੁੰਦਾ ਉਹਦੇ 'ਚੋਂ ਤਾਂ ਚੰਦ ਕੁ ਲੋਕ ਹੈ ਜਦੋਂ ਉਹਨਾਂ ਦੀ ਸਿਫਤ ਦੀ ਗੱਲ ਚੱਲਦੀ ਹੈ ਤਾਂ ਉੱਥੇ ਰਵੀਸ਼ ਬਾਈ ਵਰਗੇ ਚਿਹਰੇ ਸਾਹਮਣੇ ਆਉਂਦੇ ਆ ਜਿਨ੍ਹਾਂ ਦੀ ਸਾਰੇ ਹਾਮੀ ਭਰਦੇ ਆ ਕਿ ਉਹ ਬੰਦਾ ਖਰਾ ਬੋਲਦਾ ਪਰ ਮੈਂ ਸਾਰੇ ਸੂਬੇ ਦੇ ਜਿਹੜੇ ਸਾਡਾ ਲੋਕਲ ਮੀਡੀਆ ਜਿਹੜੇ ਮੋਸਟ ਆਫ ਇੱਥੇ ਕੋਈ ਕਲਾਕਾਰ ਆਉਂਦੇ ਆ ਜਾਂ ਇੱਦਾਂ ਯਾਤਰਾ ਕਰ ਕਰਕੇ ਵਿੱਚ ਸਾਰਾ ਮਿਲਦੇ ਆ ਸਾਡੇ ਬਾਪੂਆਂ ਨੂੰ ਵੀ ਸਵਾਲ ਕਰਦੇ ਆ ਸਾਡੀਆਂ ਮਾਵਾਂ ਨੂੰ ਵੀ ਪੁੱਛਦੇ ਆ ਭਰਾਵਾਂ ਨੂੰ ਵੀ ਪੁੱਛਦੇ ਆ ਸਵਾਲ ਸਾਡੇ ਸਾਰਥਕ ਕਰ ਲਓ ਅਤੇ ਜਵਾਬ ਵੀ ਭਾਈ ਆਪਦਾ ਸੋਚ ਕੇ ਦਿਓ ਜਵਾਬ ਵੀ ਸਵਾਲ 'ਚੋਂ ਹੀ ਨਿਕਲਦਾ ਪਹਿਲਾ ਫਰਜ਼ ਮੀਡੀਆ ਦਾ ਹੀ ਬਣਦਾ ਸਾਡੇ ਭਰਾਵਾਂ ਦਾ ਬਹੁਤ ਅਦਬ ਔਰ ਸਤਿਕਾਰ ਸਹਿਤ ਬੇਨਤੀ ਕਰਾਂਗੇ ਮੈਂ ਸਾਰੇ ਸੰਘਰਸ਼ ਵੱਲੋਂ ਸਾਰੇ ਅੰਦੋਲਨ ਵੱਲੋਂ ਬੇਨਤੀ ਕਰਦਾ ਸਾਡੇ ਭਰਾਵਾਂ ਨੂੰ ਕਿ ਜਿਹੜੀਆਂ ਗੱਲਾਂ ਜਿਹੀਆਂ ਮਸਲਾ ਖਰਾਬ ਕਰਦੀਆਂ ਨਾ ਆਪਾਂ ਉੱਧਰਲੇ ਪਾਸੇ ਨਾ ਜਾਈਏ ਯਾਰ ਕੋਈ ਨਹੀਂ ਮਾਲਕ ਇਹ ਮਾਇਆ ਹੈ ਜਿਹਦੇ ਭਾਗਾਂ ਜਿੰਨੀ ਲਿਖੀ ਹੈ ਆਪੇ ਚੱਲ ਕੇ ਆਉਂਦੀ ਹੈ ਟੀ ਆਰ ਪੀਆਂ ਆਪੇ ਮਿਲਣਗੀਆਂ